ਪੰਜਾਬ ਨੂੰ ਲੈ ਕੇ ਐਗਜ਼ਿਟ ਪੋਲ ਕੀ ਕਹਿੰਦੇ ਨੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਉੱਤੇ ਕਿਹੜੀਆਂ ਪਾਰਟੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਜਿੱਤ ਹਾਸਲ ਕਰ ਸਕਦੀਆਂ ਨੇ ਪੰਜਾਬ ਦੇ ਵਿੱਚ ਬਹੁਤ ਜਿਹੜੀ ਆ ਉਹ ਟੱਕਰ ਕਹਿੰਦੇ ਵੀ ਬਹੁਤ ਮੁਕਾਬਲੇ ਦੀ ਪੰਜਾਬ ਦੇ ਵਿੱਚ ਟੱਕਰ ਇਸ ਵਾਰੀ ਲੋਕ ਸਭਾ ਚੋਣਾਂ ਚ ਰਹੀ ਆ ਸਹੀ ਜਿਹੜਾ ਸਟੀਕ ਨਤੀਜਾ ਉਹ 4 ਤਰੀਕ ਨੂੰ ਆਉਣਾ ਪਰ ਐਗਜ਼ਿਟ ਪੋਲ ਕੀ ਕਹਿੰਦੇ ਨੇ ਵੱਖ-ਵੱਖ ਨਿਊਜ਼ ਏਜੰਸੀਆਂ ਨੇ ਜੋ ਆਪਣੇ ਸਰਵੇਖਣ ਕੀਤੇ ਨੇ ਐਗਜ਼ਿਟ ਪੋਲ ਉਹਨਾਂ ਦੇ ਕੀ ਕਹਿੰਦੇ ਨੇ ਇੰਡੀਆ ਟੀਵੀ ਦਾ ਸਰਵੇਖਣ ਇਹ ਕਹਿੰਦਾ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ 2 ਤੋਂ 4 ਸੀਟਾਂ ਮਿਲ ਸਕਦੀਆਂ ਨੇ ਆਮ ਆਦਮੀ ਪਾਰਟੀ ਨੂੰ ਇੰਡੀਆ ਟੀਵੀ ਦਾ ਸਰਵੇਖਣ 2 ਤੋਂ 4 ਸੀਟਾਂ ਦੇ ਰਿਹਾ ਕਾਂਗਰਸ ਨੂੰ 4 ਤੋਂ 6 ਸੀਟਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ 1 ਤੋਂ 3 ਸੀਟ ਇੰਡੀਆ ਟੀਵੀ ਦੇ ਸਰਵੇਖਣ ਦੇ ਵੱਲੋਂ ਦਿੱਤੀ ਜਾ ਰਹੀ ਆ ਐਗਜ਼ਿਟ ਪੋਲ ਦੇ ਵੱਲੋਂ ਦਿੱਤੀ ਜਾ ਰਹੀ ਆ ਪਰ ਵੱਡੀ ਗੱਲ ਇਹ ਆ ਕਿ ਇੰਡੀਆ ਟੀਵੀ ਦਾ ਐਗਜ਼ਿਟ ਪੋਲ ਕਹਿੰਦਾ ਕਿ ਪੰਜਾਬ ਚ ਬੀਜੇਪੀ 2 ਤੋਂ 3 ਸੀਟਾਂ ਲਿਆ ਸਕਦੀ ਆ ਇੰਡੀਆ ਟੀਵੀ ਦੇ ਐਗਜ਼ਿਟ ਪੋਲ ਦੇ ਹਿਸਾਬ ਦੇ ਨਾਲ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ 2 ਤੋਂ 4 ਸੀਟਾਂ ਸ਼੍ਰੋਮਣੀ ਅਕਾਲੀ ਦਲ 1 ਤੋਂ 3 ਸੀਟ ਪਾਜਪਾ 2 ਤੋਂ 3 ਸੀਟਾਂ ਤੇ ਕਾਂਗਰਸ 4 ਤੋਂ 6 ਸੀਟਾਂ ਦੇ ਉੱਤੇ ਜਿਹੜੀ ਆ ਉਹ ਜਿੱਤ ਹਾਸਲ ਕਰ ਸਕਦੀ ਆ ਇੰਡੀਆ ਟੀਵੀ ਤੋਂ ਬਾਅਦ ਗੱਲ ਕਰਦੇ ਆ ਨਿਊਜ਼ 24 ਤੇ ਚਣਕਿਆ ਦੇ ਐਗਜ਼ਿਟ ਪੋਲ ਦੀ ਜਿਹੜਾ ਇੰਡੀਆ ਟੀਵੀ ਦੇ ਨਾਲੋਂ ਵੱਖਰਾ ਚਣਕਿਆ ਜਿਹੜਾ ਜਿਹੜਾ ਐਗਜ਼ਿਟ ਪੋਲ ਆ ਉਹ ਕਹਿੰਦਾ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ 4 ਸੀਟਾਂ ਜਿੱਤ ਸਕਦੀ ਆ ਕਾਂਗਰਸ ਨੂੰ ਚਣਕਿਆ ਦਾ ਐਗਜ਼ਿਟ ਪੋਲ 4 ਸੀਟਾਂ ਦੇ ਰਿਹਾ ਨਾਲ ਦੀ ਨਾਲ ਭਾਜਪਾ ਨੂੰ ਵੀ 4 ਸੀਟਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ 4 ਸੀਟਾਂ ਭਾਜਪਾ ਨੂੰ 4 ਕਾਂਗਰਸ ਨੂੰ ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਚਣਕਿਆ ਐਗਜ਼ਿਟ ਪੋਲ ਦੇ ਵੱਲੋਂ 2 ਸੀਟਾਂ ਦਿੱਤੀਆਂ ਜਾ ਰਹੀਆਂ ਨੇ ਤੇ 3 ਸੀਟਾਂ ਆਦਰਸ ਦੇ ਖਾਤੇ ਦੇ ਵਿੱਚ ਪਾਈਆਂ ਗਈਆਂ ਨੇ ਅਦਰਸ ਦੇ ਵਿੱਚ ਭਾਈ ਅਮਰਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਬੀਬੀ ਹਰਸਿਮਰਤ ਕੌਰ ਬਾਦਲ ਸਿਮਰਜੀਤ ਸਿੰਘ ਮਾਨ ਕੋਈ ਵੀ ਹੋ ਸਕਦਾ ਹੈ ਤਿੰਨ ਸੀਟਾਂ ਅਦਰਸ ਦੇ ਕੋਲ ਨੇ ਦੋ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਚਾਰ ਕਾਂਗਰਸ ਤੇ ਚਾਰ ਭਾਜਪਾ ਜਿੱਤੇਗੀ ਇਹ ਦਾਵਾ ਕੀਤਾ ਹੈ న్యూਸ 24 ਤੇ ਚਣਕਿਆ ਦੇ ਐਗਜ਼ਿਟ ਪੋਲ ਨੇ ਪਰ ਵੱਡੀ ਗੱਲ ਅਗਲਾ ਜਿਹੜਾ ਐਗਜ਼ਿਟ ਪੋਲ ਆ ਉਹ ਤੁਹਾਨੂੰ ਹੋਰ ਹੈਰਾਨ ਕਰੂਗਾ ਅੱਜ ਤੱਕ ਤੇ ਇੰਡੀਆ ਟੂਡੇ ਦਾ ਜਿਹੜਾ ਆ ਐਗਜ਼ਿਟ ਪੋਲ ਉਹ ਇਹ ਕਹਿੰਦਾ ਕਿ ਪੰਜਾਬ ਦੇ ਅੰਦਰ ਕਾਂਗਰਸ ਸਭ ਤੋਂ ਵੱਧ ਸੀਟਾਂ ਜਿੱਤੂਗੀ ਉਹਨਾਂ ਦਾ ਕਹਿਣਾ ਇੰਡੀਆ ਟੂਡੇ ਦੇ ਐਗਜ਼ਿਟ ਪੋਲ ਦਾ ਕਿ ਪੰਜਾਬ ਦੇ ਅੰਦਰ ਕਾਂਗਰਸ 7 ਤੋਂ 9 ਸੀਟਾਂ ਜਿੱਤ ਸਕਦੀ ਆ 7 ਤੋਂ 9 ਸੀਟਾਂ ਕਾਂਗਰਸ ਜਿੱਤ ਸਕਦੀ ਆ ਉਥੇ ਹੀ ਸ਼੍ਰੋਮਣੀ ਅਕਾਲੀ ਦਲ 2 ਤੋਂ 3 ਸੀਟਾਂ ਦੇ ਉੱਤੇ ਜਿੱਤ ਹਾਸਲ ਕਰ ਸਕਦੀ ਆ ਇਹ ਕਹਿਣਾ ਇੰਡੀਆ ਟੂਡੇ ਤੇ ਸਰਵੇਖਣ ਦਾ ਇਥੇ ਨਹੀਂ ਇੰਡੀਆ ਟੁਡੇ ਤੇ ਅੱਜ ਤੱਕ ਦਾ ਸਰਵੇਖਣ ਐਗਜ਼ਿਟ ਪੋਲ ਇਹ ਕਹਿੰਦਾ ਕਿ ਪੰਜਾਬ ਦੀ ਜਿਹੜੀ ਰੂਲਿੰਗ ਪਾਰਟੀ ਆ ਆਮ ਆਦਮੀ ਪਾਰਟੀ ਉਹਨੂੰ ਪੰਜਾਬ ਚ ਜ਼ੀਰੋ ਤੋਂ 2 ਸੀਟਾਂ ਮਿਲ ਸਕਦੀਆਂ ਨੇ ਇੱਕ ਪਾਸੇ ਮੁੱਖ ਮੰਤਰੀ ਸਾਹਿਬ 13 ਸੀਟਾਂ ਜਿੱਤਣ ਦਾ ਦਾਵਾ ਕਰਦੇ ਨੇ ਤੇ ਇਹ ਐਗਜ਼ਿਟ ਪੋਲ ਦੇ ਹਸਾਬ ਦੇ ਨਾਲ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਖਾਤਾ ਵੀ ਖੋਲਣਾ ਮੁਸ਼ਕਲ ਹੋ ਜਾਵੇ ਜ਼ੀਰੋ ਤੋਂ ਦੋ ਸੀਟਾਂ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜਾ ਸਕਦੀਆਂ ਨੇ ਇੰਡੀਆ ਟੂਡੇ ਦੇ ਐਗਜ਼ਿਟ ਪੋਲ ਦੇ ਨਾਲ ਗੱਲ ਕਰਦੇ ਆ ਰਿਪਬਲਿਕ ਦੇ ਰਿਪਬਲਿਕ ਜਿਹੜੀ ਨਿਊਜ਼ ਏਜੰਸੀ ਉਹਨਾਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਅੰਦਰ ਐਗਜ਼ਿਟ ਪੋਲ ਕੀ ਕਹਿੰਦੇ ਨੇ ਉਹਨਾਂ ਦਾ ਐਗਜ਼ਿਟ ਪੋਲ ਇਹ ਕਹਿੰਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਜਾ ਸਕਦੀ ਆ ਤਿੰਨ ਤੋਂ ਛੇ ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਗਈਆਂ ਨੇ ਆਮ ਆਦਮੀ ਪਾਰਟੀ ਤਿੰਨ ਤੋਂ 6 ਸੀਟਾਂ ਲਿਆ ਸਕਦੀ ਆ ਉਥੇ ਹੀ ਕਾਂਗਰਸ ਜਿਹੜੀ ਆ ਉਹ ਤਿੰਨ ਸੀਟਾਂ ਦੇ ਉੱਤੇ ਜਿਹੜੀ ਆ ਉਹ ਜਿੱਤ ਹਾਸਲ ਕਰ ਸਕਦੀ ਆ ਇਸ ਐਗਜ਼ਿਟ ਪੋਲ ਦੇ ਹਿਸਾਬ ਦੇ ਨਾਲ ਬੀਜੇਪੀ 0 ਤੋਂ 2 ਹੋ ਸਕਦਾ ਹੈ ਬੀਜੇਪੀ ਨੂੰ ਪੰਜਾਬ ਚ 2 ਸੀਟਾਂ ਮਿਲ ਜਾਣ ਹੋ ਸਕਦਾ ਕੋਈ ਵੀ ਸੀਟ ਨਾ ਮਿਲੇ ਇਹ ਕਹਿਣਾ ਰਿਪਬਲਿਕ ਐਗਜ਼ਿਟ ਪੋਲ ਦਾ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੇ ਬਾਕੀ ਆਜ਼ਾਦ ਉਮੀਦਵਾਰਾਂ ਨੂੰ ਲੈ ਕੇ ਉਹਨਾਂ ਦਾ ਦਾਵਾ ਹੈ ਕਿ ਇੱਕ ਤੋਂ ਚਾਰ ਸੀਟਾਂ ਉਹਨਾਂ ਦੇ ਖਾਤੇ ਦੇ ਵਿੱਚ ਵੀ ਜਾ ਸਕਦੀਆਂ ਨੇ ਜੋ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਖਡੂਰ ਸਾਹਿਬ ਸੀਟ ਦੀ ਫਰੀਦਕੋਟ ਸੀਟ ਦੀ ਪਠੰਡੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤ ਹੋਣ ਦੀ ਸੰਗਰੂਰ ਤੋਂ ਸਿਮਰਜੀਤ ਮਾਨ ਦਾ ਮੁਕਾਬਲੇ ਦੇ ਵਿੱਚ ਹੋਣਾ ਇਹ ਸਾਰੀਆਂ ਕਿਆਸਰ ਆਈਆਂ ਇਹਨਾਂ ਨਿਊਜ਼ ਏਜੰਸੀਜ਼ ਨੇ ਅਦਰਸ ਦੇ ਵਿੱਚ ਰੱਖੀਆਂ ਨੇ ਸੋ ਪੰਜਾਬ ਨੂੰ ਲੈ ਕੇ ਚਾਰ ਅੱਡੋ-ਅੱਡ ਜਿਹੜੇ ਨਿਊਜ਼ ਏਜੰਸੀਜ਼ ਦੇ ਸਰਵੇਖਣ ਆਏ ਨੇ ਉਹਨਾਂ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਆ ਉਹ ਅੱਧ ਤੋਂ ਵੱਧ ਸੀਟਾਂ ਨਹੀਂ ਲਿਜਾ ਸਕਦੀ ਲਿਜਾਦੀ ਦਿਖਾਈ ਦੇ ਰਹੀ ਐਗਜ਼ਿਟ ਪੋਲ ਦੇ ਸਾਬ ਨਾਲ ਸਿਵਾਏ ਇੰਡੀਆ ਟੂਡੇ ਦੇ ਉਹ ਕਾਂਗਰਸ ਨੂੰ 7 ਤੋਂ 9 ਸੀਟਾਂ ਦੇ ਰਿਹਾ ਬਾਕੀ ਕਿਸੇ ਵੀ ਪਾਸੇ ਇਹ ਨਹੀਂ ਹੋ ਰਿਹਾ ਕਿ ਪੰਜਾਬ ਚ ਕੋਈ ਇੱਕ ਪਾਰਟੀ সুইਪ ਕਰ ਰਹੀ ਆ ਪੰਜਾਬ ਦੇ ਅੰਦਰ ਰਲ ਮਿਲ ਕੇ ਸੀਟਾਂ ਆਉਣੀਆਂ ਨੇ 3 4 13 ਨੂੰ ਪੰਜਾਬ ਦੀਆਂ 13 ਸੀਟਾਂ ਵੰਡੀਆਂ ਜਾਣੀਆਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦਾ ਮੁਕਾਬਲਾ ਬਹੁਤ ਸਖਤ ਮੁਕਾਬਲਾ ਹੈ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ ਦੇਖਿਆ ਗਿਆ ਐਗਜ਼ਿਟ ਪੋਲ ਵੀ ਇਸੇ ਦੀ ਗਵਾਹੀ ਭਰ ਰਹੇ ਨੇ ਐਗਜ਼ਿਟ ਪੋਲ ਦੇ ਹਿਸਾਬ ਨਾਲ ਵੀ ਹਰ ਇੱਕ ਏਜੰਸੀ ਦਾ ਐਗਜ਼ਿਟ ਪੋਲ ਅੱਡੋ-ਵੱਟਾ ਹੈ ਕੋਈ ਆਪ ਨੂੰ 2 ਦੇ ਰਿਹਾ ਕੋਈ ਆਪ ਨੂੰ 6 ਦੇ ਰਿਹਾ ਕਾਰਨ ਕਿਉਂਕਿ ਜਿੱਤ ਦਾ ਮਾਰਜਨ ਪੰਜਾਬ ਦੇ ਵਿੱਚ ਬਹੁਤ ਥੋੜਾ ਰਹਿਣ ਵਾਲਾ ਹੈ